18 तारीख पेगी 18 ਨੂੰ ਫੈਸਲਾ ਆਏਗਾ ਜਾਏਗੀ ਐਸੇ ਹੁਣ ਕਰੀ ਸਰ ਕਿਹੜੇ ਅੱਜ ਉਹਨੇ 8 ਪੇਜਾਂ ਦੀ ਅਪੀਲ ਵੀ ਕੀਤੀ ਸੀ ਰਾਮ ਰਹੀਮ ਵੱਲੋਂ ਕਿਸ ਤਰ੍ਹਾਂ ਦੀ ਆਰਗੂਮੈਂਟਸ ਹੋਏ ਆ ਥੋੜਾ ਦੱਸ ਦਿਓ ਉਹ ਤਾਂ ਉਹਨੇ ਕਿਹਾ ਸੀ ਵੀ ਮੈਂ ਅੱਛੇ ਕੰਮ ਕੀਤੇ ਜੀ ਆਪਣੇ ਸਫਾਈ ਵਿਹਾਨ ਕੀਤਾ ਫਲਾਨਾ ਕੀਤਾ ਮੈਂ ਲੋਕਾਂ ਦੇ ਕੰਮ ਕੀਤੇ ਚੰਗੇ ਕੀਤੇ ਉਹ ਵੀ ਮੇਰੇ ਦੇਖੇ ਜਾਣ ਉਸ ਤੇ ਮਤਲਬ ਸਾਰਾ ਫਿਰ ਉਹਨਾਂ ਨੇ ਕਿਹਾ ਵੀ 18 ਤਰੀਕ ਪਈ ਜੇ 18 ਤਰੀਕ ਹੀ ਪਈ ਜੀ 18 अगस्त या 18 अक्टूबर कुछ नहीं बोलिया वकील चला गया जो लिख के दिता वकील ने उतो भेजता नजर आया बस ओही होया भी उन्होंने कहा सी मैं चंगे सफाई अभियान किया सी मैं लोगों का और चंगे काम करता रहा मैनू कोई ना कोई उचो रहत मिले इस तरह होवे ਉਥੋਂ ਉਹਨੇ ਭੇਜਿਆ ਸੀ ਲਿਖ ਕੇ ਉਹ ਸਾਰਾ ਇੱਥੇ ਹੋਇਆ ਖੱਟੇ ਤੁਹਾਨੂੰ ਕਿਸ ਤਰੀਕੇ ਦੀ ਉਮੀਦ ਕਿਸ ਤਰੀਕੇ ਦੀ ਹੈ ਤੁਹਾਨੂੰ ਕੀ ਫੈਸਲਾ ਆ ਸਕਦਾ ਹੈ ਉਮੀਦ ਪੂਰੀ ਹੈ ਜੋ ਸਹੀ ਫੈਸਲਾ ਆਏਗਾ ਉਮੀਦ ਪੂਰੀ ਜਿਹੜਾ ਪੂਰੀ ਹੋ ਗਈ ਹੈ ਜੀ ਹਾਂਜੀ ਜਿਹੜਾ ਪੂਰੀ ਹੋ ਗਈ ਹੈ ਹਾਂ ਜਿਹੜਾ ਪੂਰੀ ਹੋ ਗਈ ਹੈ ਤਕਰੀਬਨ ਸਾਰੇ 18 ਤਰੀਕ ਨੂੰ ਖੱਟਾ ਜੀ ਇੱਕ ਗੱਲ ਹੋਰ ਹੈ ਕਿ ਤੁਸੀਂ ਬੜੇ ਮੁੱਖ ਇਹਦੇ 'ਚ ਐਵੀਡੈਂਸ ਰਹੇ ਹੋ ਤੁਹਾਡੀ ਆਈ ਵਿਟਨੈਸ ਵੀ ਰਹੇ ਹੋ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਦੁਪਹਿਰ 12 ਵਜੇ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਇਹ ਸਾਰੀ ਆਰਗੂਮੈਂਟਸ ਹੋਈ ਹੈ ਤੁਹਾਡੇ ਵੱਲੋਂ ਵੀ ਕਿਸ ਤਰ੍ਹਾਂ ਦੇ ਪੱਖ ਰੱਖੇ ਗਏ ਬਸ ਆਪਣੇ ਵਕੀਲਾਂ ਨੇ ਇੱਥੇ ਠੀਕ ਰੱਖਿਆ ਆਪਣੇ ਵਰਮਾ ਜੀ ਨੇ ਬਹੁਤ ਵਧੀਆ ਰੱਖਿਆ ਉਹਨਾਂ ਨੇ ਪੂਰੀ ਬੈਂਸ ਵਧੀਆ ਕੀਤੀ ਹੈ ਔਰ ਸਾਰਾ ਸਹੀ ਹੋਇਆ ਜੋ ਵੀ ਹੋਇਆ ਬਿਲਕੁਲ 18 ਤਰੀਕ ਨੂੰ ਫੈਸਲਾ ਆ ਜਾ ਖੱਟਾ ਜੀ ਲੱਗਦਾ ਸੀ ਕਿ ਅੱਜ ਗੁਰਮੀਤ ਰਾਮ ਰਹੀਮ ਦੇ ਚਿਹਰੇ ਨੂੰ ਵੇਖ ਕੇ ਕਿ ਉਸ ਨੂੰ ਆਪਣੇ ਅਪਰਾਧਾਂ ਦੇ ਉੱਪਰ ਪਛਤਾਵਾ ਬਿਲਕੁਲ 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 ਲੱਗ ਰਿਹਾ ਸੀ ਚਿਹਰਾ ਮੁਰਝਾਇਆ ਸੀਗਾ ਨੀਵੀਂ ਪਈ ਹੋਈ ਸੀ ਮੈਂ ਦੇਖਿਆ ਸੀ ਆਪਨੇ ਖੁਦ ਬਾਹਰ ਉੱਥੇ ਵੀ ਦੇਖ ਕੇ ਆਏ ਤੇ ਉਹਨੂੰ ਆਪਣੇ ਕੀਤਿਆਂ ਦੀ ਪਛਤਾਵਾ ਹੈ ਹੱਥ ਜੋੜ ਕੇ ਕਹਿੰਦੇ ਖੜਾ ਰਿਹਾ ਕੋਰਟ ਦੇ ਵਿੱਚ ਕਿਹਾ ਇਸ ਤਰ੍ਹਾਂ ਦੀ ਗੱਲਾਂ ਨਹੀਂ ਉਹ ਮੈਂ ਨਹੀਂ ਦੇਖਿਆ ਮੈਂ ਤਾਂ ਬੈਠੇ ਕੁਝ ਦੇਖਿਆ ਬੈਠਾ ਸੀਗਾ ਨੀਵੀਂ ਪਾਈ ਸੀ ਤਾਂ ਨਹੀਂ ਚੱਕ ਰਿਹਾ ਸੀ ਤੇ ਉਹਦਾ ਚਿਹਰਾ ਮਰਜਾਇਆ ਹੋਇਆ ਸੀ 18 ਤਰੀਕ ਨੂੰ ਕੀ ਕਿਹਾ ਗਿਆ ਸਿੱਧਾ ਫੈਸਲਾ ਆਊਗਾ ਜਾਂ ਫਿਰ ਪੱਕ ਦੋ ਵਿੱਚ ਨਹੀਂ ਜਾਣਗੇ ਨਾ ਥੋੜਾ ਗਾਣਾ ਕੋਈ ਹੋ ਸਕਦਾ ਨਹੀਂ ਤਾਂ ਫੈਸਲਾ ਆਊਗਾ ਖੱਟਾ ਜੀ ਗੁਰਮੀਤ ਰਾਮ ਰਹੀਮ ਨੇ ਕੋਈ ਆਰਗੂਮੈਂਟ ਆਪ ਵੀ ਕੀਤੀ ਹੈ ਜੀ ਗੁਰਮੀਤ ਰਾਮ ਰਹੀਮ ਨੇ ਆਰਗੂਮੈਂਟ ਕੋਈ ਆਪ ਵੀ ਕੀਤੀ ਨਹੀਂ ਆਪ ਨੇ ਉੱਥੋਂ ਵਕੀਲ ਚਲਾ ਗਿਆ ਸੀ ਉਹ ਵਕੀਲ ਨੇ ਜੋ ਉੱਥੇ ਲਿਖ ਕੇ ਉਹਨੇ ਕਿਹਾ ਵਕੀਲ ਨੇ ਇੱਥੇ ਭੇਜਤਾ ਸੀ ਤੇ ਉਹ ਪੜ ਕੇ ਸਾਰਾ ਇਹਨਾਂ ਨੇ ਇੱਥੇ ਲਿਖਾਇਆ ਖੱਟਾ ਜੀ ਅੱਜ 19 ਸਰ ਤੁਹਾਡੇ ਵੱਲੋਂ ਕੀ ਮੰਗਿਆ ਕਿੰਨੀ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਤਾਂ ਆਦੇ ਵੀ ਪਰਿਵਾਰ ਨੂੰ ਉਸ ਨੂੰ ਆਪਣੇ ਰਣਜੀਤ ਸਿੰਘ ਦੇ ਪਰਿਵਾਰ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਕੱਡੀ ਤੋਂ ਕੱਡੀ ਸਜ਼ਾ ਵੀ ਮਿਲਣੀ ਚਾਹੀਦੀ ਅਸੀਂ ਤਾਂ ਹੀ ਮੰਗ ਕਰਾਂਗੇ ਕਿਉਂਕਿ ਕੋਈ ਉਹ ਵਿਚਾਰਾ ਛੋਟੇ ਛੋਟੇ ਬੱਚੇ ਸੀ ਜਦੋਂ ਉਹਦੀ ਆਪਣੇ ਮਰਡਰ ਹੋਇਆ ਤੇ ਉਹਨੂੰ ਸਜ਼ਾ ਕੱਡੀ ਤੋਂ ਕੱਡੀ ਮਿਲਣੀ ਚਾਹੀਦੀ ਅਸੀਂ ਤਾਂ ਹੀ ਕਹਾਂਗੇ ਸਰ ਤੁਹਾਡੇ ਪੱਖ ਤੋਂ ਵਕੀਲਾਂ ਨੇ ਤਾਂ ਕੁਝ ਮੰਗ ਕੀਤੀ ਹੋਣੀ ਅੱਜ ਕੀ ਕਿੰਨੀ ਸਜ਼ਾ ਦੀ ਮੰਗ ਕੀਤੀ ਹੈ ਉਦੋਂ ਮੈਂ ਇਹਨਾਂ ਨਹੀਂ ਸੁਣਿਆ ਮੈਂ ਤਾਂ ਇੰਨੇ ਸੁਣਿਆ ਸੀ ਬਸ ਵੀ ਆ ਇਸੇ ਤਰ੍ਹਾਂ ਹੀ ਸਾਰਾ 19 ਸਾਲਾਂ ਬਾਅਦ ਅੱਜ ਇਨਸਾਫ ਮਿਲਦਾ ਨਜ਼ਰ ਟਾਈਮ ਕਾਫੀ ਲੱਗਦਾ